हेलो फ्रेंड्स, होर भाई साहब किदा? ठीक ठाक जी। धन्यवाद भीरे, थोड़ा पुरानी वीडियो ने अपनी पहला शेयर किया तुसीने ते लाइक किया। लो जी एक होर नवी वीडियो लेके आए हैं थोड़े ने। हाँ भाई हर्ष सिंह, आप चले पचिंकी लवे जिहड़ा हुआ घर जे नवे आया। अच्छा, फिर उरे आ लैपटॉप मिल जांदा। अच्छा, लूट करदे आ। लैपटॉप हुंदा की है भाई? ਇਹ ਹੈਲਥ ਪੂਰੀ ਸਿਰੇ ਮਾਰਦਾ। ਹੁਣ ਉਹ ਬੰਦੇ ਆ ਜਾਂਦੇ ਆ ਤੇ ਨੌਕ ਕਰ ਦਿੰਦੇ ਆ। ਜਦ ਨੂੰ ਮੈਂ ਦੇਖਦਾ ਵੀ ਕਿੱਥੇ ਆ ਰਿਹਾ, ਇਹ ਉੱਪਰ ਚੜਿਆ ਵਾ ਹੁੰਦਾ, ਤੈਨੂੰ ਗੱਲ ਨੀ ਮਿਲੀ ਸੀ ਨਾ, ਤਾਂ ਕਰਕੇ ਨੌਕ ਕਰ ਗਿਆ। ਫਿਰ ਮੈਂ ਇਹਨੂੰ ਪੂਰਾ ਹੀ ਖਤਮ ਕਰਦਾ ਵੀ ਪੂਰਾ ਕਰ ਵੀ ਹਾਂ ਵੀ ਇਹਨੇ ਨੌਕ ਕਰਿਆ ਤੈਨੂੰ। ਅੱਛਾ, ਫਿਰ ਇੱਧਰ ਮੈਂ ਤੈਨੂੰ ਕਿਹਾ ਵੀ ਨੀਚੇ ਚੱਲ ਜਾ, ਬੰਦੇ ਹੋਰ ਬਹੁਤ ਸੀ ਵੀ ਉਹਦੇ ਦਿਨਾਂ ਜਾਨ ਨੂੰ ਤੈਨੂੰ ਰਵਾਇਆ ਦੇਣ ਜਾਨ ਉਰੋ ਗੋਲੀਆਂ ਲੱਗ ਜਾਂਦੀਆਂ ਭੈਣ, ਹੈਲਥ ਦੇ ਕਿੰਨੀ ਖਾ ਜਾਂਦਾ ਉਹਨੂੰ ਮਾਰ ਕੇ ਉਹਨਾਂ ਦੇ ਨੂੰ ਰਵਾਯੂ ਦੇਣ ਸਾਲੇ ਮਾਰ ਦਿੰਦੇ ਜਾਨੂੰ ਜਾਨੂੰ ਭੜਾਕਾ ਪਿਆ। ਉਹ ਬੋਟ ਜਿਹਾ ਹੁੰਦਾ ਇੱਧਰ, ਉਹ ਮਾਰ ਦਿੰਦਾ ਤੈਨੂੰ ਗੋਲੀਆਂ ਮਾਰ ਮਾਰ। ਫਿਰ ਇਹਨੂੰ ਵੀ ਚੱਕ ਦਿੰਦਾ ਮੈਂ। ਅੱਛਾ, ਵੀ ਸਾਲਿਆ ਤਾਂ ਭੜਾਕਾ ਪਾਤਾ ਵੀਰੇ ਦਾ, ਬਦਲਾ ਲਿਆ ਹੈ, ਬਦਲਾ ਲਿਆ ਫਿਰ ਇਹਦੇ ਤੋਂ। ਫਿਰ ਮੈਂ ਉਰੇ ਹੈਲਥ ਹੁਲਥ ਲਾ ਕੇ ਮਹਾਂ ਚੱਲ ਹੁਣ ਚਿਕਨ ਲੈਣਾ, ਚਾਹੇ ਕੁਛ ਹੋ ਜੇ ਚਿਕਨ ਤਾਂ ਬਣਦਾ ਬਾਈ, ਹੁਣ ਬਣਦਾ ਮਹਾਂ। ਫਿਰ ਦੇਖੀ ਫਿਰ ਉਰੇ ਹੁਣ ਭੜਾਕੇ ਪਾਉਂਦੇ ਇਹਦੇ। ਅੱਛਾ ਬਈ, ਆਪਣਾ ਟਿਕਟੋਕ ਤੇ ਵੀ ਕੀ ਪੇਜ ਆ ਉਹ ਵੀ ਦੱਸੋ ਜੀ ਵੀਡੀਓ ਦੇ ਵਿੱਚ ਯੂਟਿਊਬ ਵਾਲਿਆਂ ਨੂੰ। ਹਰਸ਼ ਪੰਗੂ ਹੈ ਆਪਣੀ ਆਈਡੀ, ਪੰਗੂ ਸਰਪੰਚ ਦੇ ਹੇਠ ਟੈਗ ਆ ਜੂ ਪੰਗੂ ਸਰਪੰਚ ਦੇ, ਸੱਚ ਮਾਰ ਕੇ ਟਿਕਟੋਕ ਤੇ ਇੱਕ ਉਹ MH1 ਬਰੋ, ਉਹ ਫੇਸਬੁੱਕ ਤੇ ਨਿਊ ਪੇਜ ਬਣਾਇਆ ਜੀ MH1 ਬਰੋਸ, ਉੱਥੇ ਜਾ ਕੇ ਵੀ ਫੋਲੋ ਕਰੋ ਜਿਹੜੇ ਬਾਈ ਸਪੋਰਟ ਕਰਦੇ ਆ। ਅਤੇ ਹੁਣ ਉਰੇ ਇਹ ਰਹਿ ਗਏ ਸੀਗੇ, ਇਹਨਾਂ ਨੂੰ ਠੋਕਦਾ ਮਹਾਂ ਚੱਲ ਮੈਂ ਚੱਲਦਾ ਉਰੋਂ, ਇਹਨਾਂ ਨੂੰ ਉੜਦਾ ਗੋਲੀਆਂ ਲੱਗ ਜਾਂਦੀਆਂ ਭੈਣ। ਮੈਂ ਹੁਣ ਕੰਮ ਗਲਤ ਹੋ ਗਿਆ ਬਾਈ। ਇੱਕ ਹੋਰ ਗੱਲ ਸੱਚ ਮੈਂ ਵੇਖੀ, ਜੇ ਟੀਮਾਂ ਖਾਸੀਆਂ ਉਤਰਨ ਮੇਲੇ ਚ, ਜੇ ਤੁਸੀਂ ਆ ਉੱਡਣ ਵਾਲੇ ਝੂਟੇ ਤੇ ਬੈਠ ਜਾਓ, ਸਾਲਾ ਗੋਲੀਆਂ ਤੂੰ ਲੱਖ ਮਾਰ ਲੈ ਬੰਦਾ ਮਰਦਾ ਨਹੀਂ, ਬੰਬ ਸਿੱਟੇ ਤੇ ਗੱਦ ਮਾਰ ਦਿੰਦਾ ਅਗਲਾ। ਫਿਰ ਬੰਬ ਦਾ ਨੀ ਮੈਨੂੰ ਪਤਾ, ਬੰਬ ਸਿੱਟੇ ਤੇ ਉੱਤਰ ਜਾਂਦਾ, ਗੋਲੀਆਂ ਨੀ ਮਾਰਦੇ। ਤੇ ਆ ਦੇਖ ਉਰੇ ਬੰਦਾ ਗੋਲੀਆਂ ਮਾਰਦਾ ਹੁੰਦਾ, ਮੈਂ ਹੁਣ ਉੱਤਰ ਵੀ ਨੀ ਸਕਦਾ। ਫਿਰ ਮੈਂ ਵਾਪਸ ਫੇਰ ਉੱਥੇ ਮੁੜ ਕੇ ਆਉਂਦਾ ਮੇਲੇ ਦੇ, ਵੀ ਇੱਕ ਕਿੱਲ ਮਿਲੂਗਾ। ਅੱਛਾ, ਲੰਘਿਆ ਤਾਂ ਮੈਂ ਡਾਰੀ ਮਾਰਨ ਦੀ। ਆ ਦੇ ਹੈਲਥ ਇਹ ਵੀ ਘਟਾ ਆਉਂਦਾ ਖਾਸੀ, ਇਹਦੇ ਵੀ ਕਰਤਾ ਜੀ ਲੋਬੀ ਚ ਭੇਜ ਦਿੱਤਾ। ਫਿਰ ਉਰੇ ਖਾਲੀ ਮਿਲ, ਹਾਂ ਮੇਲਾ ਹੋ ਗਿਆ ਖਾਲੀ। ਹੁਣ ਫਿਰ ਉਰੇ ਮੈਂ ਹੈਲਥ ਹੁਲਥ ਪੂਰੀ ਕਰਕੇ ਮੈਂ ਹਾਂ ਚੱਲ ਵੀ ਕਿਤੇ ਚੱਲਦੇ ਆ ਹੋਰ ਲੱਭਦੇ ਆ। ਅੱਛਾ, ਫਿਰ ਮੈਂ ਉਰੇ ਜਾਂਦਾ ਡਰੋਪ ਦਿਖ ਜਾਂਦਾ, ਫਿਰ ਮੈਂ ਡਰੋਪ ਦੀਆਂ ਜੜਾਂ 'ਚ ਮਾਰਦਾ ਛਾਲ। ਚਲੋ ਫਿਰ ਡਰੋਪ ਆਪਣਾ ਆ ਜਾਂਦਾ, ਫਿਰ ਮੈਂ ਲੁੱਟਦਾ ਡਰੋਪ ਨੂੰ। ਕੀ ਮਿਲਦਾ ਇਹਦੇ 'ਚ? ਗਰੋਜ਼ਾ ਬਾਬੇ ਸਿਰੇ ਦੀ ਗੰਨਾ, ਗਰੋਜ਼ਾ ਸਿਰੇ ਦੀ ਐਣ। ਡਰੋਪ ਡਰੂਪ ਲੁੱਟ ਕੇ ਫਿਰ ਮੈਂ ਇੱਧਰ ਚੱਲ ਜਾਂਦਾ, ਪਚਿੰਕੀ ਸਾਈਡ ਗੋਲੀਆਂ ਚੱਲਦੀਆਂ ਹੁੰਦੀਆਂ। ਆ ਬੱਗੀ ਦਾ ਮੈਂ ਟਾਇਰ ਭੰਨਦਾ ਹੁੰਦਾ ਤਾਂ ਵੀ ਉਹ ਘੁੰਮਦੀ ਜੀ ਨਹੀਂ ਜਾਂਦੀ, ਇਹ ਡ੍ਰਿਫਟਿੰਗ ਜੀ ਹੋ ਜਾਂਦੀ ਆ, ਇਹਦੇ ਨਾਲ ਹੁੰਦੀ ਨਹੀਂ। ਇੰਨੇ ਨੂੰ ਜਦ ਮੈਂ ਦੇਖਦਾ ਉਹ ਡਰੋਪ ਤੇ ਬੰਦੇ ਆ ਜਾਂਦੇ ਆ ਗੱਡੀ ਲੈ ਕੇ ਜੀਪਾ। ਮੈਂ ਉਹਨਾਂ ਦੇ ਦੇਖੀ ਇੱਕ ਨੂੰ ਡੈਮੇਜ ਵੀ ਦੇਊਂਗਾ, ਆ ਤਾਂ ਫੋਕਾ ਨਿਕਲ ਗਿਆ ਸ਼ਾਟ, ਆ ਦੇਖੀ ਆਹ ਸੱਟਿਆ ਦੀ ਧੁੰਨੀ 'ਚ। ਉਹ ਜਦੀ ਡਰ ਕੇ ਭੱਜ ਗਏ, ਉਹ ਗੱਡੀ ਦੀ ਆਰਮ ਤੇ ਲੱਗੀ ਗੋਲੀ। ਇਹਨਾਂ ਨੂੰ ਆਇਆ ਵੀ ਇੱਕ ਬੰਦਾ ਜਾ ਕੇ ਠੋਕ ਦਿੰਦੇ ਆ, ਪਰ ਐਂ ਨਹੀਂ ਪਤਾ ਬੰਦਾ ਗਾ ਰਾਕਸ਼ਕਸ। ਫਿਰ ਦੇਖ ਲਾ ਉਰੇ ਸਪਰੇਅ ਦਿੱਤਾ, ਦੇਖੀ ਉੱਪਰੇ ਚੜਾ ਦੇਣਗੇ ਫੁੱਦੂ ਡਰਾਈਵਰ। ਉਹ ਲਾ ਲੇ ਲਓ ਨਜ਼ਾਰੇ, ਉਹਨਾਂ ਨੂੰ ਤਾਂ ਇਹਦੀ ਵੀ ਗੱਡੀ ਚਾੜਦਾ। ਹਾਂ ਫੁੱਦੂ ਡਰਾਈਵਰ ਜਮੀਓ ਵੀ ਐਂ ਦੇ ਵੀ ਹਾਂ ਉੱਪਰ ਚੜ ਕੇ ਕਿੱਲ ਲੈ ਲਾਂਗੇ। ਫਿਰ ਚੱਲ ਇਹਨਾਂ ਦਾ ਜਨਮ ਮੈਂ ਸਮਾਨ ਸਮੂਨ ਲੁੱਟਣ ਦੀ ਕਰਦਾ। ਇੰਨੇ ਨੂੰ ਦੇਖੀ ਉਰੇ ਹੋਰ ਗੋਲੀਆਂ ਚੱਲਦੀਆਂ ਪਚਿੰਕੀ ਕਣੀ। ਫਿਰ ਦੇਖੀ ਹੁਣ ਇਹਨਾਂ ਦੀ ਪੁਰਪਰੀ 'ਚ, ਪੁਰਪਰੀ 'ਚ ਬਈ ਇਹਦਾ ਖਾਣਾ ਪੁਰਪਰੀ 'ਚ ਆਦੇ ਇਹਦੇ ਪੁਰਪਰੀ 'ਚ ਦੇਖੀ। ਫਿਰ ਡਬਲ ਪੁਰਪਰੀ ਠੋਕਾਂਗੇ, ਇੱਕ ਆ ਰਿਹਾ ਚੱਕ ਇਹਦੇ ਵੀ ਪੁਰਪਰੀਆਂ 'ਚ। ਬਾਬੇ ਉਹ ਪੁਰਪਰੀ ਸ਼ਬਦ ਜਿਹਨੇ ਜਿਹਨੂੰ ਵਧੀਆ ਲੱਗਿਆ ਹੋਵੇ ਨਾ, ਲਓ ਕਰੋ ਕਮੈਂਟ ਨੀਚੇ ਵੀ ਹਾਂ ਪੁਰਪਰੀ ਬਈਏ ਵਾਸਤੇ ਪੁਰਪਰੀ ਪਾੜ ਦਾਂਗੇ। ਕਹਿੰਦਾ ਸਰਦਾਰ ਜੀ ਇਸ ਕੀ ਪੁਰਪਰੀ ਪਾੜ ਦਿਆ ਪਿਛਲੀ ਵੀਡੀਓ 'ਚ। ਅਤੇ ਚੱਲ ਵੀਰੇ ਫਿਰ ਇਹਨਾਂ ਨੂੰ ਖਤਮ ਕਰਕੇ ਮਹਾਂ ਚੱਲ ਲੂਟ ਲਾਟ ਕਰ ਲਈਏ। ਫਿਰ ਇੱਧਰੋਂ ਵੀ ਗੋਲੀਆਂ ਚੱਲਦੀਆਂ ਹੁੰਦੀਆਂ ਪਚਿੰਕੀ 'ਚ, ਮਹਾਂ ਚੱਲ ਵੀ ਇੱਧਰ ਵੀ ਦੇਖੀਏ, ਬੰਦਾ ਦਿਖ ਜਾਂਦਾ ਮੈਨੂੰ ਦੇਖਿਓ। ਇਹ ਵੀ ਦੋ ਜਾਣੇ ਹੁੰਦੇ ਆ, ਡਿਊਏ ਮੈਂ ਚਲਾਇਆ ਹੋਇਆ ਸੀ। ਅਤੇ ਫਿਰ ਉਰੇ ਆ ਕੇ ਖੜ ਜਾਂਦਾ ਮੈਂ ਵੀਰੇ, ਹੈੱਡਫੋਨ ਦਾ ਬਹੁਤ ਫਾਇਦਾ ਉਰੇ, ਹੁਣ ਮੈਂ ਆਵਾਜ਼ ਸੁਣਦਾ ਇਹਦੇ ਟੀਮਮੇਟ ਦੀ, ਮੈਨੂੰ ਲੱਗ ਜਾਂਦਾ ਪਤਾ ਵੀ ਇੱਧਰ ਦੇਊ। ਆਹ ਦੇਖੋ ਮੈਂ ਪਹਿਲੀ ਇੱਧਰ ਚੱਲ ਜਾਂਦਾ, ਉਹ ਦੇਖੋ ਆਉਂਦਾ ਹੈੱਡਫੋਨ, ਅੱਧੀ ਗੇਮ ਹੈੱਡਫੋਨਾਂ ਦੀ ਹੈ ਪਤਾ ਹੀ ਫਿਰ ਲੱਗਦਾ ਅਸਲ। ਹਾਂ ਵੀ ਕਿੱਧਰੋਂ ਬੰਦਾ ਆਉਂਦਾ ਕਿੱਧਰੋਂ ਕੀ, ਉੱਥੇ ਪੋਜੀਸ਼ਨ ਲੈ ਲਈ ਦੇਖ ਲਾ ਮੈਂ ਜਾ ਕੇ ਇਹਨਾਂ ਨੂੰ। ਚੱਲ ਮਾਰ ਮੂਰ ਕੇ ਮਹਾਂ ਵੀ ਚੱਲਦੇ ਹਾਂ, ਫਿਰ ਇੱਧਰ ਆ ਜਾਂਦਾ ਮੈਂ ਗੱਡੀ ਹੱਕ ਕੇ ਵੀ ਚੱਲੀਏ ਕਿੱਧਰੇ ਨੂੰ। ਫਿਰ ਮੈਂ ਜਾਂਦਾ ਇੱਧਰ ਕਿ
ਕਹਿੰਦੇ ਆਪਣਾ ਘਰਾਂ 'ਚ ਇੱਧਰ ਪਚਿੰਕੀ ਦੇ ਵੀ ਜ਼ੋਰ 'ਚ ਪੁਲਕਣੀ ਇੰਨੇ ਨੂੰ ਉਰੇ ਲੱਗ ਜਾਂਦੀਆਂ ਨੇ ਮੇਰੇ ਗੋਲੀਆਂ ਪੈਣ ਦੇਖਿਓ ਆਹ ਦੇਖੋ ਇਹਨਾਂ ਥੋੜ੍ਹੀ ਜਿਹੀ ਡੈਮੇਜ ਦਿੱਤੀ ਗਿਆ ਫਿਰ ਉਰੇ ਮੈਂ ਕਾਵਰ 'ਚ ਰੋਕੀ ਗੱਡੀ ਦੇਖ ਕੇ ਕਾਵਰ ਤਾਂ ਜ਼ਰੂਰੀ ਆ ਹਾਂ ਉਰੇ ਮੈਂ ਖੜ ਗਿਆ ਵੀ ਉਹਨਾਂ ਨੂੰ ਆਉਣ ਦੇ ਆਉਣਗੇ ਜ਼ਰੂਰ ਉਹ ਆ ਗਏ ਆਹ ਦੇ ਮਾਰਿਆ ਕਾਵਰ 'ਚ ਹੁਣ ਉਹਦਾ ਟੀਮਮੇਟ ਆਊਗਾ ਮਾਰਿਆ ਖਤਮ ਓਕੇ ਜੀ ਕਾਵਰ ਜੇ ਹੁਣ ਮੈਂ ਆਪਣ 'ਚ ਹੁੰਦਾ ਜਿਵੇਂ ਮੈਂ ਉਹਦੇ ਗੋਲੀਆਂ ਮਾਰ ਰਿਹਾ ਸੀ ਇਹ ਦੋ ਜਾਣੇ ਸੀ ਦੂਆ ਮੇਰੇ ਮਾਰ ਦਿੰਦਾ ਹੁਣ ਦੋਹਾਂ ਦੇ ਤਾਂ ਇੱਕ ਟਾਈਮ 'ਤੇ ਮਾਰ ਨਹੀਂ ਲੱਗਿਆ ਇਹ ਤਾਂ ਹੈ ਵੀਰੇ ਕਾਵਰ ਜ਼ਰੂਰ ਰੱਖਿਆ ਕਰੋ ਕਾਵਰ ਦਾ ਬਹੁਤ ਹੀ ਫਾਇਦਾ ਪਰ ਇਹਨਾਂ ਕੋਲੋਂ ਮੈਨੂੰ A2 ਟੈਕਸ ਜਿਹਾ ਮਿਲ ਗਿਆ ਸੀ ਅੱਛਾ ਵਧੀਆ ਲੂਟ ਦੇ ਗਏ ਬਾਈ ਆਪਾਂ ਨੂੰ ਫਿਰ ਆ ਜਾਂਦਾ ਮੈਂ ਉਹ ਫਲੇਅਰ ਚੱਲੀ ਵੀ ਹੁੰਦੀ ਹੈ ਵੀਰੇ ਮਹਾਂ ਫਿਰ ਇਹ ਤਾਂ ਸਾਡੀ ਕਮਜ਼ੋਰੀ ਆ ਡਰੋਪ ਵਾਲੀ ਤਾਂ ਫਿਰ ਮੈਂ ਚੱਲ ਜਾਂਦਾ ਮੈਂ ਗੁੱਸਾ ਜਿਹੜਾ ਵਧੀਆ ਮੈਚ ਮਹਾਂ ਚਿਕਨ ਲੈਣਾ ਹੀ ਆ ਵੀ ਮੈਨੇ ਵੀਰੇ ਨੂੰ ਪਹਿਲੀ ਉਹ ਕਰਤਾ ਤਾਂ ਕਰਕੇ ਮੈਂ ਕੋਈ ਰਿਸਕ ਨਹੀਂ ਲੈਂਦਾ ਸੀ ਜਾਣ ਨੂੰ ਮੈਂ ਸਿੱਧੀ ਵੀ ਫਲੇਅਰ 'ਤੇ ਗੱਡੀ ਰੋਕ ਦਿੰਦਾ ਆਹ ਦੇਖੋ ਮੈਂ ਕਵਰ 'ਚ ਖੜਿਆ ਹੋ ਰਿਹਾ ਕਿ ਵੀ ਪਹਿਲਾਂ ਉਹਨੂੰ ਦੇਖਦਾ ਫਿਰ ਮੈਨੂੰ ਦਿਖ ਜਾਂਦਾ ਬੰਦਾ ਜਦੀ ਚੇਪਤਾ ਐਂ ਫਾਇਦਾ ਹੁੰਦਾ ਇਹ ਰੈੱਡ ਡਾਟ ਸਕੋਪ ਵੀ ਵਧੀਆ ਯਾਰ ਹਨਾ ਹੋਰਾਂ ਨਾਲੋਂ ਤਾਂ ਹਾਂ ਹੋਲੋਗ੍ਰਾਮ ਨਾਲੋਂ ਵੀ ਬੈਟਰ ਆ ਇਹ ਥੋੜਾ ਜਿਹਾ ਦੋ ਦੇ ਸਕੋਪ ਨਾਲੋਂ ਵੀ ਘੈਂਟ ਹੈ ਹਾਂ ਮੈਂ ਡ੍ਰੌਪ ਖੋਲਦਾ ਕੁਝ ਵੀ ਨਹੀਂ ਫੇਰ ਬੰਦੇ ਨੂੰ ਦੇਖਦਾ ਮਾਂ ਬਾ ਓਏ ਸ਼ਰਾ ਇਹ ਡਬਲ ਜਿਮ ਮੰਗਾ ਲਈ ਮੇਰੇ ਵਾਸਤੇ ਡ੍ਰੌਪ 'ਚੋਂ ਥੈਂਕ ਯੂ ਹਾਲ ਤਾਂ ਮੈਂ ਕਰਕੇ ਗਿਆ ਇਹਨੂੰ ਅੱਛਾ ਇਹ ਵੀ ਕਹਿੰਦਾ ਹੋਰ ਬੰਦਾ ਜੇ ਚੱਲ ਲੁੱਟ ਲੱਟ ਕੇ ਡ੍ਰੌਪ ਆ ਇੱਕ ਹੋਰ ਡ੍ਰੌਪ ਆ ਜਾਂਦਾ ਮਾਂ ਚੱਲ ਕੀ ਪਤਾ M249 ਹੀ ਮਿਲ ਜੇ ਉਹ ਮਾੜੀ ਕਿਸਮਤ ਸਾਰੀ ਡ੍ਰੌਪਾਂ 'ਚ A2 MA ਫਿਰ ਮੈਂ ਇਹਦੀਆਂ ਗੋਲੀਆਂ ਸਾਰੀਆਂ ਚੱਕ ਕੇ ਲੈ ਜਾਂਦਾ ਕਿਉਂਕਿ ਦੂਏ ਬੰਦੇ ਨੂੰ ਕਿਹੜਾ ਗੋਲੀ ਬਿਨਾ ਇਹ ਗੰਨ ਨਹੀਂ ਗੋਲੀ ਬਿਨਾ ਇਹ ਗੰਨ ਨਹੀਂ ਹੈਗੀ ਸਕੋਪ ਬਿਨਾ ਵੀ ਨਹੀਂ ਇਹ ਗੰਨ ਹੈਗੀ ਇਹ ਤਾਂ ਹੈ ਗੱਲ ਫਿਰ ਮੈਂ ਲੁੱਟ ਲੱਟ ਕੇ ਇੱਧਰ ਬੰਦੇ ਲੱਭਦਾ ਫਿਰਦਾ ਇੱਧਰੋਂ ਆ ਜਾਂਦੀ ਆ ਗੋਲੀਆਂ ਦੀ ਬੁਆ 'ਚ ਮਹਾਂ ਕੱਢ ਲਈ ਫਿਰ A2 MA ਵੀ ਪੁੜਪਰੀ 'ਚ ਮਾਰੂੰ ਪੁਰਪਰੀ ਪੁਰਪਰੀ ਖੋਲਾਂਗੇ ਪੁਰਪਰੀ ਪਰ ਪੁਰਪਰੀ ਖੁੱਲਦੀ ਨਹੀਂ ਕਲੋਜ਼ ਰੇਂਜ 'ਚ ਹੁੰਦਾ ਬੰਦਾ ਉਹ ਤੇ ਰਿਹਾ ਫਿਰ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਵੀ A2 MA ਦਾ ਮਾਰੂੰ ਵੀ ਉਹਦਾ ਟੀਮਮੇਟ ਮਾਰ ਦੇ ਮੈਨੂੰ ਵੀ ਸੱਪ ਬਣਿਆ ਹੋ ਸਕਦਾ ਤਾਂ ਕਰਕੇ ਫਿਰ ਮੈਂ ਸਪਰੇਅ ਉਹ ਦਿੱਤਾ ਆਟੋ ਗਨ ਦਾ ਵੀ ਕਲੋਜ਼ ਰੇਂਜ 'ਚ ਆ ਫਿਰ ਮੈਂ ਉਰੇ ਉਹਨੂੰ ਖਤਮ ਨਹੀਂ ਕਰਦਾ ਪੂਰਾ ਖਤਮ ਤਾਂ ਨਹੀਂ ਕਰਦਾ ਟੀਮਮੇਟ ਨੂੰ ਬੁਲਾਉਣਾ ਵੀ ਟੀਮਮੇਟ ਨੂੰ ਬੁਲਾਊਗਾ ਮੈਨੂੰ ਐਸੇ ਡ੍ਰੌਪ ਕੋਲ ਬੰਦਾ ਪਰ ਡ੍ਰੌਪ ਕੋਲ ਹੈ ਨਹੀਂ ਸੀ ਕੋਈ ਬੰਦੇ ਰਹਿ ਜਾਂਦੇ ਆ ਹੁਣ 3 ਹੋਰ ਅੱਛਾ ਬਈ ਮਹਾਂ ਵੀ ਹੁਣ ਉਹਨਾਂ ਦਾ ਐਂ ਕੀ ਪਤਾ ਵੀ ਸੱਪ ਬਣੇ ਪਏ ਹੁਣ ਸੱਪ ਵੀ ਹੁਣ ਹੋ ਸਕਦਾ ਇਕੱਲੇ ਇਕੱਲੇ ਨੇ ਹੋ ਸਕਦਾ ਟੀਮ ਪੂਰੀ ਗੌਰ ਨਾਲ ਜਾਂਦਾ ਹੈ ਘੁੰਮ ਕੇ ਸਰਕਲ ਦੇ ਉੱਪਰ ਇਹ ਵੀ ਦੱਸ ਨਾ ਵੀ ਜੇ ਸੱਪ ਬਣਿਆ ਬੈਠਾ ਵੀ ਦਰਸ਼ਕਾਂ ਨੂੰ ਵੀ ਦੱਸ ਵੀ ਆਪਾਂ ਨੂੰ ਪਤਾ ਕਿਵੇਂ ਲੱਗੇ ਵੀ ਸਾਲਾ ਇੱਥੇ ਸੱਪ ਫੋਟੋ ਸਟੈਪ ਕੀ ਸਰਨ ਦੀ ਆਵਾਜ਼ ਹੁਣ ਉੱਥੇ ਸਮੋਕ ਹੋ ਗਈ ਉੱਥੇ ਸੱਪ ਹੈ ਬੰਦਾ ਬਸ ਉੱਥੇ ਅੱਖਾਂ ਖੋਲ ਕੇ ਜਾਓ ਐਂ ਨਹੀਂ ਵੀ ਮੂੰਹ ਜਾ ਕੇ ਹੋਈ ਆ ਮਾਰਤਾ ਦੇਖ ਇੱਕ ਠੀਕ ਆ ਹੁਣ ਦੇਖੀ ਇਹਨੂੰ ਕਿਵੇਂ ਠੋਕੂੰਗਾ ਇਹ ਸੱਪ ਹੋਊਗਾ ਦੇਖੀ ਦੇਖੋ ਤੁਸੀਂ ਆ ਸੀਨ ਦੇਖੀ ਆ ਹੁਣ ਇਹ ਜੱਜਮੈਂਟ ਕਿਵੇਂ ਹੋਈ ਹੈ ਇਹਦੀ ਗੋਲੀਆਂ ਮਾਰੀਆਂ ਨੇ ਮੈਂ ਜਦੀ ਪੈ ਗਿਆ ਪ੍ਰੋਨ ਹੋ ਗਿਆ ਘਾਹ 'ਚ ਉਹਨੂੰ ਪਤਾ ਨਹੀਂ ਲੱਗਿਆ ਮੈਂ ਜੱਜਮੈਂਟ ਕਰਕੇ ਜਿੱਥੇ ਮੈਪ 'ਚ ਗੋਲੀ ਦਾ ਨਿਸ਼ਾਨ ਆ ਰਿਹਾ ਸੀਗਾ ਉੱਥੇ ਨੂੰ ਮੈਂ ਸਪਰੇਅ ਦਿੱਤਾ ਸਿੱਧੀਆਂ ਹੈੱਡ 'ਚ ਲੱਗੀਆਂ ਜਾ ਕੇ ਕਿਉਂ ਉਰਾਂ ਨੂੰ ਮੈਂ ਮੂੰਹ ਕਰੀ ਬੈਠਾ ਸੀ ਫਿਰ ਮੈਂ ਉਰੇ ਪੈ ਕੇ ਹੈਲਥ ਪੂਰੀ ਕਰਦਾ ਵੀ ਅੱਖਾਂ ਖੋਲ੍ਹ ਕੇ ਜੇ ਮੈਂ ਹੁਣ ਦੂਏ ਲੋੜੇ ਭੱਜਿਆ ਫਿਰੀ ਜਾਂਦਾ ਮੇਰੇ ਕੋਲ ਕਵਰ ਵੀ ਨਹੀਂ ਸੀਗਾ ਇਹਦਾ ਮੈਨੂੰ ਮੈਂ ਮਰ ਜਾਂਦਾ ਉੱਥੇ ਹੁਣ ਉਰੇ ਲਾਸਟ ਬੰਦਾ ਰਹਿ ਜਾਂਦਾ ਵੀਰੇ ਉਹ ਮੈਂ ਦੇਖਦਾ ਕਿੱਥੇ ਆ ਜਾਨੂੰ ਉਹ ਆਪ ਹੀ ਸਪਰੇਅ ਦੇ ਦਿੰਦਾ ਮਾਂ ਚੱਲ ਕੋਈ ਨਾ ਉਹ ਦੇਖ ਸੱਪ ਬਣਿਆ ਪਿਆ ਕਿੱਥੇ ਲਓ ਜੀ ਫਿਰ ਇੱਕ ਹੋਰ ਹੈੱਡ ਸ਼ਾਟ ਨਾਲ ਚਿਕਨ ਡਿਨਰ ਡਿਨਰ ਲਓ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਨਾ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟਾਂ 'ਚ ਦੱਸਿਆ ਕਰੋ ਕੋਈ ਚੈਲੇਂਜ ਚੁਲੇਂਜ ਕਰਨ ਨੂੰ ਇੱਕ ਵੀਰੇ ਵਾਇਰਸ ਬਹੁਤ ਫੈਲ ਰਹੀ ਹੈ ਜੀ ਆਪਣੇ ਆਪਣੇ ਘਰਾਂ 'ਚ ਰਹੋ ਹਾਂਜੀ ਵੀਡੀਓ ਦੇਖੋ ਇੰਜੋਏ ਕਰੋ ਬਾਈ ਸਪੋਰਟ ਕਰੋ ਬਾਈ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ I'm not afraid to die.